ਸਤਿ ਸ੍ਰੀ ਅਕਾਲ ਦੋਸਤੋ ਇੱਕ ਵਾਰੀ ਫੇਰ ਤੁਹਾਡਾ ਸਾਰਿਆਂ ਦਾ ਤੁਹਾਡੀ ਆਪਣੀ ਪੰਜਾਬੀ ਚੈਨਲ ਹਿੰਦ ਪੰਜਾਬ ਤੇ ਸਵਾਗਤ ਹੈ ਤੇ ਮੈਂ ਬਲਜੀਤ ਪਰਮਾਰ ਹਾਜ਼ਰ ਹਾਂ ਅੱਜ ਨਿਆ ਦੋ ਤਿੰਨ ਵੱਡੀਆਂ ਖਬਰਾਂ ਲੈ ਕੇ ਹਾਲਾਤ ਕੁਝ ਠੀਕ ਨਹੀਂ ਲੱਗ ਰਹੇ ਜਦੋਂ ਪੰਜਾਬ ਦੇ ਮੁੱਖ ਮੰਤਰੀ ਦੀ ਸਿਹਤ ਖਰਾਬ ਹੋ ਜਾਏ ਤਾਂ ਉਹ ਇਹ ਇਸ਼ਾਰਾ ਜ਼ਰੂਰ ਕਰਦੀ ਹੈ ਕਿ ਸਭ ਕੁਝ ਠੀਕ-ਠਾਕ ਨਹੀਂ ਹੈ ਨਾ ਤਾਂ ਸਰਕਾਰ ਦੀ ਸਿਹਤ ਠੀਕ ਹੈ ਨਾ ਪੰਜਾਬ ਦੇ ਲੋਕਾਂ ਦੀ ਸਿਹਤ ਠੀਕ ਹੈ ਨਾ ਮੁੱਖ ਮੰਤਰੀ ਦੀ ਸਿਹਤ ਠੀਕ ਹੈ ਤੇ ਨਾ ਹੀ ਰਾਜਨੀਤੀ ਦੀ ਸਿਹਤ ਠੀਕ ਹੈ ਹਰ ਆਦਮੀ ਆਪਣੇ ਆਪਣੇ ਅੰਦਾਜ਼ ਨਾਲ ਟੀਕੇ ਲਾ ਰਿਹਾ ਇਲਾਜ ਦਸ ਰਿਹਾ ਦਵਾਈਆਂ ਵੰਡ ਰਿਹਾ मतलब एक बीमार एक अनार ते सौ बीमार वाली गल हुई, हुई हर पास बीमारिया की गल हो रही दारू की बीमारी नशे की बीमारी खनन की बीमारी शराब घोटाले की बीमारी, ला एंड ऑर्डर की बीमारी अमन अमान की बीमारी ਮਤਲਬ ਹਰ ਪਾਸੇ ਜਦੋਂ ਬਿਮਾਰੀਆਂ ਦੀ ਗੱਲ ਹੋਵੇ ਤਾਂ ਸਾਡਾ ਇਹ ਪੰਜਾਬ ਸਿਹਤ ਮੰਦ ਕਿਵੇਂ ਰਹਿ ਸਕਦਾ ਇਹ ਸਭ ਤੋਂ ਵੱਡਾ ਸਵਾਲ ਹੈ ਰਿਸ਼ਵਤ ਦੀ ਬਿਮਾਰੀ ਪੋਸਟਰ ਬੜੇ ਲੱਗੇ ਆ ਪੂਰੇ ਪੰਜਾਬ 'ਚ ਇਸ਼ਤਿਹਾਰ ਬਹੁਤ ਛਪ ਰਹੇ ਆ ਪੂਰੇ ਦੇਸ਼ ਦੀਆਂ ਅਖਬਾਰਾਂ 'ਚ ਕਿ ਪੰਜਾਬ 'ਚ ਕਰਪਸ਼ਨ ਫਰੀ ਪੰਜਾਬ ਕਰਪਸ਼ਨ ਮੁਕਤ ਪੰਜਾਬ ਮੈਂ 얘ਤੇ ਬਾਰੇ ਕੁਛ ਨਹੀਂ ਕਹਿਣਾ ਚਾਹੁੰਦਾ ਕਿਉਂਕਿ ਤੁਸੀਂ ਸਾਰੇ ਬਹੁਤ ਚੰਗੀ ਤਰ੍ਹਾਂ ਜਾਣਦੇ ਹੋ ਕਿ ਬਿਨਾ ਪੈਸਾ ਦਿੱਤਿਆਂ ਲਿਆਂ ਕੋਈ ਕੰਮ ਪੰਜਾਬ 'ਚ ਹੁੰਦਾ ਨਹੀਂ ਮਤਲਬ ਇੱਕ ਆਪ ਹੁਦਰੀ ਮੱਚੀ ਹੋਈ ਆ ਇੱਕ ਬੜੀ ਕਿਆਸ ਦੀ ਸਿਚੁਏਸ਼ਨ ਹੈ ਅਫਸਰ ਸਰਕਾਰ ਦੀ ਨਹੀਂ ਸੁਣਦੇ ਸਰਕਾਰ ਲੋਕਾਂ ਦੀ ਨਹੀਂ ਸੁਣਦੀ ਸਾਰੇ ਪਾਸੇ ਬੇਰੋਖੀ ਦਾ ਮਾਹੌਲ ਹੈ। ਅਰੇ ਤੁਸੀਂ ਸਾਰੇ ਦੇ ਸਾਰੇ ਮੈਂ ਤੁਸੀਂ ਆਮ ਲੋਕ, ਆਮ ਪਾਰਟੀ, ਆਮ ਆਦਮੀ ਸਾਰੇ ਆਪਾਂ ਦੋਸ਼ੀ ਆ। ਕਿਤੇ ਕੋਈ ਨੂੰ ਦੋਸ਼ ਤੇਣਾ ਜਾਇਜ਼ ਨਹੀਂ ਹੋਏਗਾ। ਅਰੋਟੀਆਂ ਠੇਕੜ ਦਾ ਕੰਮ ਸਾਰੇ ਕਰ ਰਹੇ ਆ ਪਰ ਤੁਸੀਂ ਹਾਲਤ ਦੇਖੋ ਕਿ ਸਾਡੇ ਉਹ ਬੀਰੋਕਰੇਟ ਜਿਹੜੇ ਇਹ ਕਿਤੇ ਵੀ ਸਰਕਾਰ ਦੀ ਮਸ਼ੀਨਰੀ ਨੂੰ ਚਲਾਉਂਦੇ ਐਡਮਿਨਿਸਟ੍ਰੇਟਿਵ ਮਸ਼ੀਨਰੀ ਨੂੰ ਚਲਾਉਂਦੇ ਆ ਜੇ ਇੱਕ ਸਾਬਕਾ ਆਈਐਸ ਅਫਸਰ ਦੇ ਘਰੋਂ 20 ਕਰੋੜ ਰੁਪਏ ਦਾ ਸੋਨਾ ਹੀਰੇ ਜਵਾਹਰਾਤ ਕੈਸ਼ ਮਿਲੇ ਤਾਂ ਪੈਸਾ ਕਿੱਥੋਂ ਆਇਆ ਤੁਹਾਡੇ ਕੋਲੋਂ ਲੁੱਟਿਆ ਗਿਆ ਉਹ ਅਫਸਰ ਭਾਵੇਂ ਉੱਤਰ ਪ੍ਰਦੇਸ਼ ਕਾਡਰ ਦਾ ਸੀ ਪਰੋਂ ਨੇ 5 ਸਾਲ ਪੰਜਾਬ ਚ ਵੀ ਨੌਕਰੀ ਕੀਤੀ ਹੈ ਮਹਿੰਦਰ ਸਿੰਘ ਆਈਐਸ ਉਸ ਤੋਂ ਬਾਅਦ ਚੰਡੀਗੜ੍ਹ ਚ ਘਰ ਵੀ ਬਣਾ ਲਿਆ ਰਿਟਾਇਰ ਹੋ ਕੇ ਚੰਡੀਗੜ੍ਹ ਸੈਟਲ ਹੋ ਗਏ ਈਡੀ ਨੇ ਰੇਟ ਮਾਰੀ ਨੌਇਦਾ ਦੇ ਜਦੋਂ ਸੀਏਓ ਸੀਓ ਨੌਇਦਾ ਡਵੈਲਪਮੈਂਟ ਅਥਾਰਟੀ ਦੇ ਉੱਤੇ ਕੁਝ ਕਪਲੇ ਵਪਲੇ ਹੋਏ ਉੱਤੇ ਕੇਸ ਬਣਿਆ ਐਂਟੀ ਕ੍ਰਾਪਸ਼ਨ ਦੇ ਕਰੋੜ ਤੋਂ ਜ਼ਿਆਦਾ ਦਾ ਕੇਸ ਦਾਕਲੂ ਹੋਇਆ ਜੀ ਨੇਟਿਵ ਕਵਰ ਕੀਤਾ ਐਨ ਫੋਰਸਮੈਨ ਡਾਇਰੈਕਟਰ ਨੇ ਉਸ ਤੋਂ ਬਾਅਦ ਚੰਡੀਗੜ੍ਹ ਉਹਨਾਂ ਦੇ ਕਰਤੇ ਰੇਡ ਮਾਰੀ ਗਈ ਤਾਂ 12 ਕਰੋੜ ਰੁਪਏ ਦੇ ਹੀਰੇ ਜਵਾਹਰਾਤ ਮਲੇ ਜਿਨ੍ਹਾਂ ਚੋਂ 5 ਕਰੋੜ ਰੁਪਏ ਦਾ ਇੱਕ ਹੀਰਾ ਹੈ ਕਿੰਨੀ ਪਿਓਰ ਕੁਆਲਿਟੀ ਹੋਏਗੀ ਕਿੰਨੀ ਉਸ ਹੀਰੇ ਦੀ ਜਿਨੂੰ ਆਪਾਂ ਕਹਿੰਦੇ ਆ ਉਹਦੀ ਚਮਕ ਦਮਕ ਹੋਏਗੀ ਕਿ ਇੱਕ ਹੀਰੇ ਦੀ ਕੀਮਤ 5 ਕਰੋੜ ਤੇਰੇ ਨਾਲ ਬਾਕੀ ਦੁਹਰਾਤ 12 ਕਰੋੜ ਰੁਪਏ ਦੇ ਹੀਰੇ ਕਮਾਲ 7 ਕਰੋੜ ਰੁਪਏ ਦਾ ਸੋਨਾ 19 ਕਰੋੜ ਰੁਪਏ ਦੇ ਸੋਨਾ ਔਰ ਹੀਰੇ ਔਰ 1 ਕਰੋੜ ਰੁਪਿਆ ਕੈਸ਼ ਉਸ ਤੋਂ ਬਾਅਦ ਕੋਠੀਆਂ, ਕਾਰਾਂ, ਜਾਇਦਾਦਾਂ, ਬੱਚੇ, ਅਕਾਊਂਟ, ਬੱਚਿਆਂ ਦੇ ਰਿਸ਼ਤੇਦਾਰਾਂ ਦੇ ਨਾਮੀ, ਬਿਨਾਮੀ ਪਤਾ ਨਹੀਂ ਕਿੰਨੇ ਕੋਣੇ ਹਨ ਅੱਜ ਜਦ ਹੋਏਗੀ ਤਾਂ ਪਤਾ ਲੱਗੂਗਾ ਅਰ ਦੋਸਤੋ ਇਹੋ ਜੇ ਅਫਸਰ ਸਾਡੀ ਸਰਕਾਰ ਉਹਨਾਂ ਨੂੰ ਸਰਕਾਰ ਚ ਰੱਖਦੀ ਆ 35 35 38 37 ਸਾਲ ਉਹ ਲੋਕ ਨੌਕਰੀ ਕਰਦੇ ਆ 60 ਸਾਲ ਦੀ ਉਮਰ ਤੱਕ ਉਹਨਾਂ ਕਿਤੇ ਸਰਕਾਰ ਨੂੰ ਕਿਸੇ ਅਫਸਰ ਨੂੰ ਪਤਾ ਨਹੀਂ ਲੱਗਦਾ ਕਿ ਕਰੋੜਾ ਰੁਪਏ ਕਮਾ ਰਹੇ ਜਦੋਂ ਰਿਟਾਇਰ ਹੋ ਜਾਂਦੇ ਆ ਉਦੋਂ ਪਤਾ ਲੱਗਦਾ ਹੈ ਨਾ ਇੱਕ ਤਰੀਕੇ ਨਾਲ ਇਹ ਸਾਰਾ ਸਿਸਟਮ ਆਪਣੇ ਹੀ ਬੰਦਿਆਂ ਨੂੰ ਬਚਾਉਂਦਾ ਔਰ ਅੰਤ ਜਦੋਂ ਕੋਈ ਰਾ ਨਹੀਂ ਬਚਦਾ ਉਦੋਂ ਫੜੇ ਜਾਂਦੇ ਆ ਤਾਂ ਫੇਰ ਕੁਟਾਲੇ ਬਾਹਰ ਆਉਂਦੇ दूजे पास पंजाब का अमृतसर जिले का एक पुलिस ऑफिसर महाजन और सरनेम डैप्टी सुपरिटेंडेंट ऑफ पुलिस डी एस पी पहला एस टी एफ भी रहा जिन्हों एंटी नैरकोटिक स्टार्स फोर्स का न देता गया एन टी एफ ਉਨੇ ਇੱਕ ਵੀ ਪਹਿਲਾ ਕੰਮ ਕੀਤਾ ਸੀ ਪਤਾ ਲੱਗਿਆ ਕਿ ਉਹਨੇ ਇੱਕ ਡਰੱਗ ਸਮਗਲਰ ਤੋਂ 45 ਲੱਖ ਰੁਪਏ ਲੈ ਲਏ ਉਹਨੂੰ ਬਚਾਉਣ ਦੇ ਉਸ ਤੋਂ ਬਾਅਦ ਜੋ ਹੋਏ ਹਵਾ ਬਾਹਰ ਨਿਕਲੀ ਇਹ ਗੱਲ ਬਾਤ ਫੈਲੀ ਉਹਨਾਂ ਤੋਂ ਬਾਅਦਲਾ ਕਰਕੇ ਅਮਰਸਰ ਦੇ ਪੀਏਪ ਦੀ ਇੱਕ ਬਟਾਲੀਅਨ ਚ ਭੇਜ ਦਿੱਤਾ ਜਾਂਦਾ ਪਰ ਜਾਂਚ ਪੜਤਾਲ ਜਾਲੀ ਰਹਦੀ ਹੈ ਔਰ ਹੁਣ ਜਦੋਂ ਉਹਦੇ ਘਰੇ ਆਮਰitsar ਸ਼ਹਿਰ 21 ਸ਼ਾਂਤ ਬਗਲਾ ਕੋਠੀ ਉੱਤੇ ਰੇਡ ਮਾਰੀ ਜਾਂਦੀ ਏ ਉਤੋਂ ਵੱਡੀ ਮਾਤਰਾਤ ਨਸ਼ਾ ਡਰੱਗਸ ਇਹੋ ਜਿਹੜਾ ਸਮਾਨ ਮਿਲਦਾ ਕੈਸ਼ ਵੀ ਮਿਲਦਾ ਪਰ ਉਹ ਜਿਹੜਾ 45 ਲੱਖ ਰੁਪਇਆ ਕ ਨਸ਼ਾ ਵਪਾਰੀ ਤੋਤਾਸ਼ ਕਰਤੋਂ ਜੇ ਕਿਸੇ ਤੋਂ ਲਿਆ ਸੀ ਉਹਦਾ ਸਾਫਤਾ ਵੀ ਹੋਊਗਾ ਤੇ ਇੱਕ ਸਾਹਮਣੇ ਆਇਆ ਕਿਹੜਾ ਡੀਐਸਪੀ ਇੱਕ ਕੇਸ ਚ 45 ਲੱਖ ਮੰਗ ਸਕਦਾ ਬਾਕੀ ਕੇਸਾਂ ਚ ਉਹਨੇ ਕਿੰਨੇ ਕੁ ਮੰਗੇ ਹੋਣੇ ਆ ਉਹ ਅਜੇ ਸਾਹਮਣੇ ਆਊਗਾ ਮਤਲਬ ਜਦੋਂ ਬਾੜ ਹੀ ਖੇਤਾਂ ਨੂੰ ਘਾੜ ਲੱਗ ਜੇ ਤੇ ਫਿਰ ਬਤਾਓ ਕਿੱਥੇ ਹੋਊਗਾ ਤੀਸਰੀ ਇਹੋ ਜੀ ਬੜੀ ਦੁੱਖਦਾਇਕ ਘਟਨਾ ਅੱਜ 82 ਦੇ ਆਲੇ ਵਪਾਰੀ ਨੇ ਠਾਰੀ ਜਿਹੜਾ ਆਪਣਾ ਬਿਜ਼ਨਸ ਸੈਂਟਰ ਆ ਪਾਕਿਸਤਾਨ ਤੋਂ ਸਮਾਨ ਆਉਂਦਾ ਹਿੰਦੁਸਤਾਨ ਤੋਂ ਸਮਾਨ ਜਾਂਦਾ ਗੱਡੀ ਵੀ ਆਉਂਦੀ ਐ ਟ੍ਰੇਨ ਆਉਂਦੀ ਆ ਸਾਡਾ ਟ੍ਰੇਡ ਐਗਰੀਮੈਂਟ ਆ ਪਾਕਿਸਤਾਨ ਉਹਦੇ ਥੱਲੇ ਕੁਝ ਸਮਾਨ ਜਾਂਦਾ ਕੁਝ ਆਉਂਦਾ ਬਹੁਤ سارے ਵਪਾਰੀ ਨੇ ਠਾਰੀ ਚ ਉਹਨਾਂ ਤੋਂ ਗੈਂਗਸਟਰ ਫਰੋਤੀਆਂ ਮੰਗਣ ਲੱਗ ਗਏ ਇੱਕ ਵਪਾਰੀ ਤੋਂ ਪਿਛਲੇ ਕਈ ਮਹੀਨੇ ਤੋਂ ਤੰਗ ਕੀਤਾ ਜਾ ਰਿਹਾ ਸੀ ਸਾਨੂੰ ਪਰ ਉਹ ਤੇਰੇ ਪਾਸੇ ਨਹੀਂ ਦੇ ਨਹੀਂ ਤਾਂ ਤੈਨੂੰ ਮਾਰ ਦਿਆਂਗੇ ਉਸ ਗੈਂਗਸਟਰ ਦੀ ਜਿਹੜਾ ਵਿਦੇਸ਼ਾਂ ਤੇ ਬੈਠਾ ਜਾ ਸ਼ਾਇਦ ਅਟਾਰੀ ਜੀ ਕਿਤੇ ਬੈਠਾ ਹੋਵੇ ਪਰ ਉਹ ਟੈਲੀਫੋਨ ਨੰਬਰ WhatsApp ਕਾਲ ਜਿਹੜੇ ਨੰਬਰ ਤੋਂ ਆਉਦੀ ਆ ਉਹ ਬਾਹਰ ਦਾ ਨੰਬਰ ਹੈ ਮਾਰ ਦਾ ਨੰਬਰ ਤੋਂ ਤੁਸੀਂ ਕਿਤੇ ਵੀ ਬੈਠ ਕੇ ਜਿਉ ਮਾਜਰਾ ਡੋਕਰ ਮਾਜਰਾ ਕੱਲੂ ਮਾਜਰਾ ਦਸੋ ਮਾਜਰਾ ਕਿਤੇ ਵੀ ਬੈਠ ਕੇ ਫੋਨ ਦੇ ਨੰਬਰ ਤੋਂ ਕਾਲ ਕਰ ਸਕਦੇ ਹੋ ਸਿਮ ਕਾਰ ਤੁਹਾਡੇ ਕੋਲੇ ਹੋਣਾ ਚਾਹੀਦਾ ਸਾਨੂੰ ਕਾਲ ਆਉਣੀ ਉਹ ਬੰਦਾ ਨਹੀਂ ਦਿੰਦਾ ਪੈਸੇ ਫਿਰ ਨੂੰ ਤਮਕਾਇਆ ਜਾਂਦਾ ਕਿ ਤੇਰੇ ਖਾਨਦਾਨ ਦੀ ਸਾਡੇ ਕੋਲੇ ਪੂਰੀ ਜਾਣਕਾਰੀ ਹੈ ਤੇਰੀ ਘਰ ਵਾਲੀ ਦਾ ਨਾਮ ਇਹ ਆ ਸਾਨੂੰ ਇਹ ਵੀ ਪਤਾ ਕਿ ਉਹ ਪੜਾਉਂਦੀ ਆ ਤੇਰਾ ਬੱਚਾ ਕਿਹੜੇ ਸਕੂਲ ਚ ਪੜਦਾ ਸਾਰਾ ਕੁਝ ਦੱਸ ਕੇ ਉਹ ਬੰਦੇ ਨੂੰ ਡਰਾਇਆ ਜਾਂਦਾ। ਆਹੋ ਬੰਦੇ ਨੇ ਡਰ ਕੇ ਆਪਣੀ ਘਰ ਵਾਲੀ ਨੂੰ ਛੁੱਟੀ ਦਵਾ ਕੇ ਘਰ ਬਿਠਾ ਲਿਆ। ਬੱਚੇ ਨੇ ਸਕੂਲ ਤੋਂ ਹਟਾ ਕੇ ਘਰ ਬਿਠਾ ਲਿਆ। ਔਰ ਆਪ ਆਪਣਾ ਕੰਮ ਧੰਦਾ ਛੱਡ ਕੇ ਘਰ ਬੈਠ ਗਿਆ। ਕਈ ਤਰ੍ਹਾਂ ਤੋਂ ਸ਼ਿਕਾਇਤਾਂ ਕਰ ਰਿਆ ਸੀ ਕਿ ਕਿਸੇ ਉਹਦੀ ਸੁਣੀ ਨਹੀਂ। ਅੱਜ ਤੋ ਉਰੇ ਅਟਾਰੀ ਦੇ ਵਪਾਰੀਆਂ ਨੇ ਟ੍ਰੈਫਿਕ ਜਾਮ ਕੀਤਾ ਔਰ ਖਾਸ ਤੌਰ ਤੇ ਜਿਹੜੇ ਆਮ ਆਦਮੀ ਪਾਰਟੀ ਦਾ ਵਪਾਰੀਆਂ ਦਾ ਵਿੰਗ ਉਹਨੇ ਪ੍ਰਧਾਨ ਨੇ ਵੀ ਉਸ ਧਰਨੇ 'ਚ ਸ਼ਮੂਲੀਅਤ ਕੀਤੀ ਔਰ ਸਰਕਾਰ ਦੇ ਖਲਾਫ ਬੋਲਿਆ ਲੋਕ ਤੁਸੀਂ ਪਹਿਲਾਂ ਵੀ ਕੈਪੀਟਲ ਦੱਸਿਆ ਸੀ ਕਿ ਬਾਰਡਰ ਏਰੀਆ 'ਚ ਲੋਕਾਂ ਨੇ ਆਪਣੇ WhatsApp ਕਨੈਕਸ਼ਨ ਬੰਦ ਕਰਵਾ ਦਿੱਤੇ ਨੇ ਕਿਉਂਕਿ ਬਹੁਤ ਲੋਕਾਂ ਨੂੰ ਤਾਂ ਕਿਹਾ ਮਿਲ ਨਹੀਂ ਆ ਪ੍ਰੋਟੀਨ। ਦੋਸਤੋ ਅਕਰ ਬਾਰਡਰ ਦੇ ਇਲਾਕੇ ਤੇ ਬੜਾ ਸੈਂਸਿਟਿਵ ਏਰੀਆ ਹੁੰਦਾ। ਉਥੇ ਅਗਰ ਲੋਕ ਆਪਣੀਆਂ ਫੈਸਿਲਿਟੀਆਂ ਬੰਦ ਕਰਾ ਦੇਣ। ਇਹ ਦੇਸ਼ ਦੇ ਹਾਲਾਤ ਲਈ ਚੰਗੀ ਖਬਰ ਨਹੀਂ ਹੁੰਦੀ। ਇਹ ਲੋਕ ਜਿਹੜੇ ਸਾਡੇ ਬਾਰਡਰ ਤੇ ਰੱਖਿਆ ਦਾ ਤੀਸਰਾ ਪਿਲਰ ਨੇ ਆਰਮੀ ਫੌਜ ਸਾਡੀ ਉਸ ਤੋਂ ਬਾਅਦ ਜਿਹੜੀਆਂ ਕੁਆਸੀ ਫੋਰਸਰ ਪੋਸਟਡ ਆ ਬੀਐਸਐ ਪਾਈਟੀਬੀਪ ਇਹੋ ਜੀਆਂ ਉਹ ਤੋਂ ਬਾਅਦ ਅਗਰ ਕੋਈ ਤੀਜੀ ਫੋਰਸ ਆਉਂਦੀ ਐ ਸਾਡੀਆਂ ਸਰਹੱਦਾਂ ਦੀ ਰਾਖੀ ਕਰਨ ਦੀ ਉਹ ਲੋਕੋ ਲੋਕ ਹੁੰਦੇ ਤੇ ਜੇ ਤੀਜਾ ਪਿਲਰ ਸਾਡਾ ਦੇਸ਼ ਦੀ ਸੁਰੱਖਿਆ ਦਾ ਬਾਰਡਰ ਦੇ ਨੇੜੇ ਉਹਨੂੰ ਸੜਕਾਂ ਤੇ ਵਹਿਣਾ ਪਵੇ ਪ੍ਰਵੋਤੀਆਂ ਦੇ ਖਿਲਾਫ ਇਹ ਸ਼ਰਮ ਦੀ ਗੱਲ ਐ ਅਸੀਂ ਆਪਣੇ ਸਿਟੀਜ਼ਨਸ ਦਾ ਆਪਣੇ ਨਾਗਰਿਕਾਂ ਦਾ ਖਿਆਲ ਨਹੀਂ ਰੱਖ ਰਹੇ ਲੱਗਦਾ ਇਹ ਹੈ ਕਿ ਸ਼ਾਇਦ ਬਹੁਤ ਵੱਡਾ ਗੈਪ ਹੈ ਸਰਕਾਰ ਔਰ ਬਿਊਰੋਕਰੇਸੀ ਚ ਨਾ ਤਾਂ ਆਈਐਸ ਸਰਕਾਰ ਦੀ ਗੱਲ ਸੁਣ ਰਹੇ ਆ ਨਾ ਆਈਪੀਐਸ ਸੁਣ ਰਹੇ ਆ ਨਾ ਪੀਸੀਐਸ ਸੁਣ ਰਹੇ ਆ ਨਾ ਰੈਵਿਨਿਊ ਅਥਾਰਟੀ ਦਿਨੇਚ ਤਸਵੀਲਦਾਰ ਕਾਨੂੰਗੋ ਪਟਵਾਰੀ ਉਹ ਆਉਂਦੇ ਨਾ ਕੋਈ ਐਡਵੋਕੇਸ਼ਨ ਡਿਪਾਰਟਮੈਂਟ ਦੇ ਬੰਦੇ ਸੁਣਦੇ ਆ ਮਤਲਬ ਕਿਤੇ ਨਾ ਕਿਤੇ ਬਹੁਤ ਵੱਡੀ ਨਾਰਾਜ਼ਗੀ ਸਰਕਾਰ ਨਾਲ ਚੱਲ ਰਹੀ ਹੈ ਔਰ ਜਦੋਂ ਲੋਕਾਂ ਨੂੰ ਇਨਸਾਫ ਨਹੀਂ ਮਿਲਦਾ ਇਨਸਾਫ ਤਾਂ ਆਈਐਸ ਨੂੰ ਵੀ ਚਾਹੀਦਾ ਇਨਸਾਫ ਤਾਂ ਆਈਪੀਐਸ ਨੂੰ ਵੀ ਚਾਹੀਦਾ ਇਨਸਾਫ ਪੀਸੀਐਸ ਨੂੰ ਵੀ ਚਾਹੀਦਾ ਤੁਸੀਂ ਇੱਕ ਜੂਨੀਅਰ ਅਫਸਰ ਨੂੰ ਤਾਂ ਵੱਡੀ ਪੋਸਟ ਦੇ ਦਿੰਨੇ ਹੋ ਵਧਾਉ ਦਾ ਦਿੰਨੇ ਹੋ ਤੇ ਉਹ ਤੋਂ 7-8 ਸੀਨੀਅਰ ਜਿਹੜੇ ਆ ਉਹਨਾਂ ਨੂੰ ਖੁੱਡੇ ਲਾਈਨ ਲਾ ਦਿੰਨੇ ਹੋ ਤੇ ਉਹ ਆਈਐਸ ਜਿਹੜੇ ਆ ਉਹ ਤੁਹਾਡੀ ਕਹਿੰਦੇ ਸੁਣਨਗੇ ਉਹ ਆਈਪੀਐਸ ਤੁਹਾਡੀ ਕਹਿੰਦੇ ਸੁਣਨਗੇ ਉਹ ਪੀਸੀਐਸ ਤੁਹਾਡੀ ਕਹਿੰਦੇ ਸੁਣਨਗੇ ਤਰਖਾਂ ਲੋਕਾਂ ਨੂੰ ਟਾਈਮ ਸਰ ਨਹੀਂ ਮਿਲਦੀਆਂ ਕੰਮ ਉਹਨੂੰ 3-3 ਗੁਣਾ ਕਰਨਾ ਪੈ ਰਿਹਾ ਹਰ ਜਗ੍ਹਾ ਤੇ ਸ਼ਾਰਟੇਜ ਹੈ ਨਵੀਂ ਭਰਤੀ ਕੀ ਕਰ ਨਹੀਂ ਰਹੇ ਪੁਲਿਸ ਟ੍ਰੇਨਰਾਂ ਦਾ ਬੁਰਾ ਹਾਲ ਹੈ ਸਟਾਫ ਹੈ ਨਹੀਂ ਫੈਸਿਲਿਟੀਆਂ ਹੈ ਨਹੀਂ ਰਿਟਾਇਰ ਅਫਤਰ ਹੋਈ ਜਾ ਰਹੇ ਹੈ ਇੰਸਪੈਕਟਰਸ ਆਂਡ ਇੰਸਪੈਕਟਰ ਡੀਸੀਪੀ ਸੁਪਾਈ ਹੌਲਦਾਰ ਨਵੇਂ ਤੁਸੀਂ ਭਰਤੀ ਨਹੀਂ ਕਰ ਰਹੇ ਕਿਉਂਕਿ ਤੁਸੀਂ ਸਾਰੀਆਂ ਭਰਤੀਆਂ ਇਸ ਕਰਕੇ ਰੋਕ ਕੇ ਰੱਖੀਆਂ ਜਦੋਂ ਇਲੈਕਸ਼ਨਾਂ ਜਿਹੜੇ ਆਉਣਗੀਆਂ ਉਦੋਂ 6-8 ਮਹੀਨੇ ਪਹਿਲਾਂ ਭਰਤੀਆਂ ਕਰਾਂਗੇ ਦੇਖ ਵੇ ਲੋਕਾਂ ਤੋਂ ਵੋਟਾਂ ਮੰਗਾਗੇ ਦੇਖੋ ਕਮਾਰਕ ਕਿਤੇ ਤਾਂ ਤੁਸੀਂ ਦੇਸ਼ ਦੀ ਰਾਜ ਦੀ ਗੱਲ ਸੋਚੋ ਹਮੇਸ਼ਾ ਆਪਣੀ ਹੀ ਕਿਉਂ ਸੋਚਦੇ ਔਰ ਇਹਨਾਂ ਸਾਰੀਆਂ ਗੱਲਾਂ ਦੇ ਚੱਲਦੇ ਆਪੋਜੀਸ਼ਨ ਨੂੰ ਮੌਕਾ ਮਿਲ ਜਾਂਦਾ ਤੁਹਾਡੇ ਦੇ ਤੰਦ ਕੱਸਣ ਦਾ ਬੇਕਰਮ ਮਜੀਠਿਆਨ ਅੱਜ ਲਈ ਥੋੜੀ ਪ੍ਰੈਸ ਕਾਨਫਰੰਸ ਕੀਤੀ ਕਿ ਪਉ ਆਮ ਤਮਾਮ दारू ਪੀ ਕੇ ਡੇਗ ਗਿਆ ਤੇ ਹੱਥ ਚ ਸਾਨੂੰ ਨਹੀਂ ਪਤਾ ਕਿਉਂਕਿ ਸਰਕਾਰ ਨੇ ਕੋਈ ਦੱਸਿਆ ਨਹੀਂ ਔਰ ਇਹੋ ਜੀਆਂ ਗੱਲਾਂ ਸਰਕਾਰਾਂ ਦੱਸਦੀਆਂ ਵੀ ਨਹੀਂ ਉਹ ਪਬਲਿਕ ریلیشن ਡਿਪਾਰਟਮੈਂਟ ਜਿਹੜਾ ਨਿੱਕੀ ਨਿੱਕੀ ਗੱਲ ਦੱਸਦਾ ਆ ਜਮਾਨ ਸਾਹਿਬ ਨੇ ਫਲਾਨੀ ਜਗਾ ਤੇ ਆਪਾ ਸੰਦ ਦਿੱਤਾ ਸਾਰੀਆਂ ਤੈਲਾਂ ਤੋੜ-ਤੋੜ ਕੇ ਉਪਾਸ਼ਨ ਅੱਜ ਦੇ ਦਿਨ ਮਿੰਟ ਦਾ ਆਪਣੀਆਂ ਖਬਰਾਂ ਦੇ ਵਿੱਚ ਦਿਖਾਈ ਜਾ ਰਹੇ ਆ ਉਹ ਸਾਰਾ ਕੁਝ ਤਾਂ ਸਾਹਮਣੇ ਆ ਜਾਂਦਾ ਪਰ ਜਦੋਂ ਮੁੱਖ ਮੰਤਰੀ ਡਿੱਗਦੇ ਉਹ ਵੀ ਦੱਸ ਦੇਣਾ ਚਾਹੀਦਾ ਬੰਦਾ ਪੌੜੀਆਂ ਤੋਂ ਸਲਿੱਪ ਕਰਕੇ ਵੀ ਡਿੱਗ ਜਾਂਦਾ ਬੰਦਾ ਕਿਤੇ ਬੋਡੀ ਦਾ ਬੈਲੈਂਸ ਬੈਲੈਂਸ ਵਿਗੜ ਜਾਏ ਤਾਂ ਵੀ ਡਿੱਗ ਜਾਂਦਾ ਤੁਹਾਡੀ ਨੀਂਦ ਪੂਰੀ ਨਾ ਹੋਈ ਹੋਵੇ ਥਕੀ ਹੋਵੇ ਸਰੀਰ ਥੱਕਿਆ ਹੋਵੇ ਤਾਂ ਵੀ ਬੰਦਾ ਡਿੱਗ ਜਾਂਦਾ ਕਈ ਵਾਰੀ ਬੰਦਾ ਬੇਤਿਆਨਾ ਹੋ ਜਾਂਦਾ ਫੇਰ ਵੀ ਦਿਖ ਜਾਂਦਾ ਇਹ ਜ਼ਰੂਰੀ ਨਹੀਂ ਕਿ ਸ਼ਰਾਬ ਪੀ ਕੇ ਦਿਖਦਾ ਸੋ ਵੀ ਬੰਦੇ ਵੀ ਦਿਖਦੇ ਆ ਪਰ ਜਦੋਂ ਸਰਕਾਰ ਚੁੱਪ ਰਹਿੰਦੀ ਆ ਸਰਕਾਰ ਦਾ ਮੀਡੀਆ ਚੁੱਪ ਰਹਿੰਦਾ ਤਾਂ ਅਫਵਾਹਾਂ ਦਾ ਬਾਜ਼ਾਰ ਗਰਮ ਹੁੰਦਾ ਤੇ ਮਜੇਤੀ ਹਾਰ ਕੇ ਬੰਦਿਆਂ ਨੂੰ ਤੋਮਤਾ ਲਾਉਣ ਦਾ ਮੌਕਾ ਮਿਲ ਜਾਂਦਾ ਲੇਕਿਨ ਜਿਹੜੀ ਸਭ ਤੋਂ ਵੱਡੀ ਗੱਲ ਮਜੇਤੀਆਂ ਨੇ ਕੀਤੀ ਉਹ ਗਲਤ ਨਿਕਲੀ ਮਰੀटिया ਕਹਿੰਦਾ ਕਿ ਟਾਰਟਰਡ ਪਲੇਨ ਜਿਹੜਾ ਪਹਾੜੇ ਦਾ ਕਿਰਾਏ ਦਾ ਜਹਾਜ਼ ਹੁੰਦਾ ਨਾ ਠੇਕੇ ਤੇ ਤੁਸੀਂ ਲਿਆ ਹੁੰਦਾ ਉਹਦੇ ਤੁਸੀਂ ਸ਼ਰਾਬ ਨਹੀਂ ਪੀ ਸਕਦੇ ਤੇ ਮੈਂ ਆਪਣੇ ਸੋਰਸਸ ਤੋਂ ਬੜੇ ਬੜੇ ਦੋਸਤ ਨੇ ਪੁਰਾਣੇ ਮੈਏਵੀਏਸ਼ਨ ਸੈਕਟਰ ਕਵਰ ਕਰਦਾ ਰਿਹਾ ਮੈਂ ਕਈ ਵਾਰੀ ਤੁਹਾਨੂੰ ਦੱਸ ਚੁੱਕਾ 18 ਸਾਲ ਮੈਂ 에ਵੀਏਸ਼ਨ ਕਵਰ ਕੀਤਾ ਜਿਹੜਾ ਜਿਹਦਾ ਮਤਲਬ ਹੀ ਜਹਾਜ਼ਾਂ ਤੇ ਜਹਾਜ਼ ਦੀ ਕੰਪਨੀਆਂ ਨਾਲ ਵਾਸਤਾ ਹੁੰਦਾ ਸੀ ਬਹੁਤੇ ਮੁਰਕ ਮੈਂ ਰੀਵੀਏਸ਼ਨ ਕੋਰਸਪਾਂਡਰਡ ਘੁੰਮਿਆ ਮੇਰੇ ਕੋਲ ਇੰਨੇ ਪੈਸੇ ਤਾਂ ਹੈ ਨਹੀਂ ਸੀ ਦੁਨੀਆ ਕੋ ਮੜਦੇ ਇਹ ਮਰੀ ਜਿਹੜੀ ਰਿਪੋਰਟਰ ਦੀ ਬੀਟ ਸੀ ਉਹਨੇ ਕਮਾਤਾ ਖੈਰ ਮੈਂ ਦੋਸਤਾਂ ਨੂੰ ਪੁੱਛਿਆ ਜਿਨ੍ਹਾਂ ਤੇ ਆਪਣੇ ਪ੍ਰਾਈਵੇਟ ਜਹਾਜ਼ ਵੀ ਹੈਗੇ ਔਰ ਜਿਹੜੇ ਚਾਰਟਰਡ ਪਲੇਨ ਚਲਾਉਣ ਦੀਆਂ ਕੰਪਨੀਆਂ ਚਲਾਉਂਦੇ ਆ ਭਾਰੇ ਤੇ ਦੇਣਦੇ ਉਹ ਵੀ ਮੇਰੇ ਮਿੱਤਰ ਹੈਗੇ ਪੁਰਾਣੇ ਔਰ ਸਭ ਤੋਂ ਜ਼ਿਆਦਾ ਕੋਈ ਬੰਬੇ ਏਵੀਏਸ਼ਨ ਦਾ ਕੇਂਦਰ ਆ ਉੱਤੇ ਸਭ ਤੋਂ ਜ਼ਿਆਦਾ ਨੇ। ਕਲਕੱਤੇ ਵੀ ਹੈਗੇ, ਦਿੱਲੀ ਵੀ ਹੈਗੇ। ਉਹਨਾਂ 'ਚ ਬਹੁਤ سارے ਲੋਕ ਜਾਣਦੇ ਆ। ਮੈਂ ਅੱਜ ਕਈਆਂ ਨੂੰ ਫੋਨ ਕੀਤੇ। ਉਹ ਕਹਿੰਦੇ ਜੀ ਚਾਰਟਰਡ ਪਲੇਨ ਤੇ दारू ਪੀਣ ਦੀ ਕੋਈ ਮਨਾਹੀ ਨਹੀਂ ਹੈ। ਜਿਵੇਂ ਇੰਟਰਨੈਸ਼ਨਲ ਇੰਟਰਨੈਸ਼ਨਲ ਫਲਾਈਟਸ ਤੇ दारू ਪੀਣ ਦੀ ਕੋਈ ਮਨਾਹੀ ਨਹੀਂ ਹੈ। ਜਿਹੜੇ ਲੋਕ ਇਹ ਸਮਝਦੇ ਆ ਕਿ ਜਹਾਜ਼ ਤੇ दारू ਨਹੀਂ ਪੀਤੀ ਜਾ ਸਕਦੀ। ਉਹ ਗਲਤ ਕਰ ਲੈ ਜਹਾਜ਼ ਚ दारू ਪੀਣੀ ਅਲਾਉਡ ਹੁੰਦੀ ਇਹ ਗੱਲ ਬਖਰੀਏ ਕਿ ਜਹਾਜ਼ ਦਾ ਪਾਇਲਟ ਕੋ-ਪਾਇਲਟ ਫਸਟ ਇੰਜੀਨੀਅਰ ਸੈਕੰਡ ਇੰਜੀਨੀਅਰ ਉਹ ਤੋਂ ਦਾ ਟੀਪ ਜਿਹੜਾ ਕਰੂ ਦਾ ਹੈਡ ਹੈ ਉਹ ਪਰ ਸਰ ਸਟੂਅਰਡ ਹੌਸਟੈਸ ਕੋ ਨਹੀਂ ਪੀ ਸਕਦੇ ਪਰ 에어ਲਾਈਨਸ ਤਾਂ ਖੁਦ दारू ਸਪਲਾਈ ਕਰਦੀਆਂ ਜਹਾਜ਼ ਕਿਸ दारू ਪੀਓ ਜੀ ਨੇ ਪੀਣੀ ਹੈ ਲੇਕਿਨ ਲਿਮਟਿਡ ਕੁਆਂਟੀਟੀ ਚ ਤੁਸੀਂ दारू ਵੀ ਕੇ ਬਹਿ ਕੇ ਨਹੀਂ ਸਕਦੇ ਜੇ ਬਤਮੀਜ਼ੀ ਕਰੋਗੇ ਤਾਂ ਅਗਲੇ ਸਟੇਸ਼ਨ ਤੇ ਜਹਾਜ਼ ਲਾ ਕੇ ਬੰਦਾ ਕੱਢ ਵੀ ਦਿੰਦੇ ਇਹੋ ਜਿਹੇ ਇਨਸੀਡੈਂਟ ਵੀ ਅਸੀਂ ਦੇਖੇ ਕਿਉਂਕਿ ਜਦੋਂ ਤੁਸੀਂ ਸ਼ਰਾਬੀ ਹੋ ਕੇ ਬਤਮੀਜ਼ੀਆਂ ਕਰੋ ਇੰਟਰਨੈਸ਼ਨਲ ਫਲਾਈਟ ਤੇ ਤੇ ਵੇਰ ਕਰੂ ਲੜਦਾ ਇਹ ਕਿਤੇ ਜਹਾਜ਼ ਦਾ ਕੋਈ ਦਰਵਾਜ਼ਾ ਲੀਵਰ ਖੋਲਣ ਦੀ ਕੋਸ਼ਿਸ਼ ਕਰੇ ਉਲਟੀਆਂ ਕਰੇ ਲੋਕਾਂ ਦੇ ਕੱਪੜੇ ਗੰਦੇ ਕਰੇ ਜਹਾਜ਼ ਗੰਦਾ ਕਰੇ ਨਹੀਂ ਸੁਧਰਦਾ ਤਾਂ ਫਿਰ ਨੇੜੇ ਦੇ ਏਅਰਪੋਰਟ ਤੇ ਜਹਾਜ਼ ਲਾ ਵੀ ਲਿਆ ਜਾਂਦਾ ਕਈ ਵਾਰੀ ਔਰ ਬੰਦੇ ਨੂੰ ਬਾਹਰ ਸਿਰੇ ਦਿੱਤਾ ਜਾਂਦਾ ਦੂਜੇ ਕੰਟਰੀ ਚ ਉਥੇ ਕੇਸ ਚਲਦੇ ਉਹਦੇ ਸਾਬ ਹੁੰਦਾ ਇਹ ਵੀ ਇੰਟੈਂਡਰ ਦੇ ਦੇਖ ਕੇ ਟ੍ਰੇਡਰਾਂ ਤੁਸੀਂ ਕਈ ਵਾਰੀ ਲੋਕ ਸਾਡੇ ਸਾਡੇ ਵਰਗੇ ਹੁੰਦੇ ਲੋਕਾਂ ਉਹ এয়ারਪੋਰਟ ਤੇ ਬੈਠੇ ਕਿਉਂਕਿ ਉੱਥੇ दारू ਸਸਤੀ ਹੁੰਦੀ ਹੈ ਡਿਊਟੀ ਫਰੀ ਹੁੰਦੀ ਹੈ ਜਹਾਜ਼ ਤੇ ਬੈਠਣ ਤੋਂ ਪਹਿਲਾਂ ਜ਼ਿਆਦਾ ਪੀ ਜਾਂਦੇ ਤੇ ਫਿਰ ਜਦੋਂ ਜਹਾਜ਼ ਬੈਠ ਦਾ ਮੌਕਾ ਆਉਂਦਾ ਤਦੋਂ ਤੁਰਿਆ ਨਹੀਂ ਜਾਂਦਾ ਹੁੰਦਾ ਫੇਰ ਉਹ ਬੜੀਆਂ ਹਰਕਤਾਂ ਕਰਦੇ ਆ ਜਿਹੜੀਆਂ ਫਲਾਈਟ ਦਾ ਕਰੂ ਸਭ ਜਾਂਦਾ ਤੇ ਉਹਨੂੰ ਨਹੀਂ ਲੈ ਜਾਂਦੇ ਉਹ ਆਫਲੋਡ ਕਰ ਦਿੱਤਾ ਜਾਂਦਾ ਇਹੋ ਜਿਹਾ ਅਲੀਗੇਸ਼ਨ ਸਾਡੇ ਮੁੱਖ ਮੰਤਰੀ 'ਤੇ ਵੀ ਲੱਗੀ ਸੀ ਕਿ ਜਰਮਨੀ 'ਤੇ ਇਹਨਾਂ ਨੂੰ ਆਫਲੋਡ ਕਰ ਦਿੱਤਾ ਗਿਆ ਸੀ ਇਹਨਾਂ ਨੇ ਕਿਤੇ ਜ਼ਿਆਦਾ दारू ਪੀਤੀ ਸੀ ਪਰ ਉਹ ਸਿੱਧ ਨਹੀਂ ਹੋਇਆ ਅਜੇ ਤੱਕ ਰੌਲਾ ਤਾਂ ਬੜਾ ਪਿਆ ਸੀ ਜੇ ਨਹੀਂ दारू ਪੀਤੀ ਜ ਤਾਂ ਆਫਲੋਡ ਕਰਨ ਦਾ ਮਤਲਬ ਨਹੀਂ ਸੀ ਜੇ ਲੇਟ ਹੋ ਕੇ ਤਾਂ ਆਫਲੋਡ ਕਰਨ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ ਏਅਰਪੋਰਟ ਲੇਟ ਪਹੁੰਚਦੇ ਹੋ ਜੂ ਮਿਸ ਤੁਹਾ ਫਲਾਈਟ ਤੁਸੀਂ ਫਲਾਈਟ ਮਿਸ ਕਰਦੇ ਹੋ ਆਫਲੋਡ ਨਹੀਂ ਹੁੰਦੇ ਆਫਲੋਡ ਤਾਂ ਦੋ ਹੀ ਕਿਸਮ ਦੇ ਬੰਦੇ ਹੁੰਦੇ ਆ ਇੱਕ ਟੈਰੋਰਿਸਟ ਤੇ ਇੱਕ ਸ਼ਰਾਬੀ ਜਿਨ੍ਹਾਂ ਤੋਂ ਫਲਾਈਟ ਨੂੰ ਖਤਰਾ ਹੁੰਦਾ ਕਿ ਪੁੱਠਾ ਸੱਦਾ ਕੰਮ ਕਰਨਗੇ ਤੇ ਲੋਕਾਂ ਦੀ ਫਲਾਈਟ 'ਚ ਬਾਕੀ ਬੈਠੇ ਯਾਤਰੀਆਂ ਦੀ ਜ਼ਿੰਦਗੀ ਨੂੰ ਖਤਰਾ ਹੋ ਸਕਦਾ ਇਸ ਕਰਕੇ ਉਹਨਾਂ ਨੂੰ ਆਫਲੋਡ ਕੀਤਾ ਜਾਂਦਾ ਸੋ ਸੁਣ ਭਗਵਾਨ ਤੁਮਾਨ ਜੀ ਟਰੈਵਲ ਕਰਦੇ ਆ ਚਾਰਟਰਡ ਪਲੇਨ 'ਚ ਮੈਂ ਇਹ ਸਾਲ ਮੁੰਬਈ ਚ ਰਹਾ ਮੈਂ ਕਦੇ ਨਹੀਂ ਦੇਖਿਆ ਕਿ ਹਰ ਵਾਰ ਹਰ ਵਾਰ ਕਿਤੇ ਵੀ ਦਾਣਾ ਹੋਵੇ ਤਾਂ ਮਹਾਰਾਸ਼ਟਰ ਦਾ ਮੁੱਖ ਮੰਤਰੀ ਚਾਰਟਰ ਪਲੇਟ ਜਾਵੇ ਮੈਂ ਉਹ ਸਮੇਂ ਦੇ ਸਪੀਕਰ ਲੋਕ ਸਭਾ ਦੇ ਦਿਨਾਂ ਦਾ ਰਤਵਾ چی ਮਿਨਿਸਟਰ ਤੋਂ ਬਹੁਤ ਵੱਡਾ ਹੁੰਦਾ ਪ੍ਰੋਟੋਕੋਲ ਦੇ ਹਿਸਾਬ ਨਾਲ ਵੀ ਔਰਦੇਸ਼ ਤੇ ਹਾਸੀਏ ਦੇ ਹਿਸਾਬ ਨਾਲ ਮਨੋਰ ਜੋਸ਼ੀ ਉਹ ਮੁੰਬਈ ਤੋਂ ਦਿੱਲੀ ਜਾਂਦੇ ਸੀ ਤਾਂ ਜਿਹੜੀ ਨੇਰ ਲਾਈਨ ਦੀ ਫਲਾਈਟਸ ਜਾਂਦੇ ਸੀ ਮੈਂ ਕਈ ਵਾਰੀ ਉਹਨਾਂ ਦੇ ਨਾਲ ਬੈਠ ਕੇ ਟਰੈਵਲ ਕੀਤਾ ਉਹ 2 ਨੰਬਰ ਸੀਟ ਤੇ ਬੈਠਦੇ ਹੁੰਦੇ ਸੀ ਉਹਨਾਂ ਨੇ ਕਿਤਾਬ ਵੀ ਲਿਖੀ ਆ 2A ਮਤਲਬ A ਜਿਹੜੀ ਪਹਿਲੀ ਸੀਟ ਹੁੰਦੀ ਆ ਰੋ ਹੁੰਦੀ ਆ A ਉਹਦੇ 2 ਨੰਬਰ ਸੀਟ ਤੇ ਇਸ ਤਰ੍ਹਾਂ ਬੈਠਦੇ ਹੁੰਦੇ ਸੀ ਮੈਂ ਮੰਤੇ ਸਿੰਘ ਗਾਲੂ ਵਾਲੀਏ ਜਿਹੜੇ ਬਲੈਨ ਕਮਿਸ਼ਨ ਦੇ ਡੈਪਟੀ ਚੇਅਰਮੈਨ ਹੁੰਦੇ ਸੀ ਮੰਤਰੀ ਦਾ ਬਰਾਬਰ ਦਾ ਅਹੁਦਾ ਹੁੰਦਾ ਸੀ ਉਹਨਾਂ ਨਾਲ ਵੀ ਟਰੈਵਲ ਕੀਤਾ ਉਹ ਵੀ ਇਕਨੋਮੀ ਕਲਾਸ ਟਰੈਵਲ ਕਰਦੇ ਸੀ ਮਨੋਰ ਜੋਸ਼ੀ ਇਕਨੋਮੀ ਕਲਾਸ ਟਰੈਵਲ ਕਰਦੇ ਸੀ ਮੈਂ ਬਹੁਤ ਵੱਡੇ ਵੱਡੇ ਬੰਦਿਆਂ ਨਾਲ ਜਦੋਂ ایਵੀਏਸ਼ਨ ਕੋਰਸਪੋਨਡੈਂਟ ਸੀ ਤਾਂ ਟਰੈਵਲ ਕੀਤਾ ਜੇ ਆਰਡੀ ਟਾਟਾ ਨਾਲ ਵੀ ਟਰੈਵਲ ਕੀਤਾ ਉਹ ਵੀ ਇਕਨੋਮੀ ਕਲਾਸ 'ਚ ਬੈਠ ਕੇ ਗਏ ਸੀ ਮੁੱਖ ਮੰਤਰੀ ਮਹਾਰਾਸ਼ਟਰ ਦੇ ਉਹ ਨੈਸ਼ਨਲ 에ਰਕ੍ਰਾਫਟ ਸਵਾਰ ਕਰਦੇ ਆ ਜਿੱਤੇ ਇਹਨੇ ਅਲਾਈਸ ਨਹੀਂ ਸੀ ਨਾ ਵੀ ਉਹ ਜਾਟੇਅਰ ਵਾਸ ਲੈ ਜਾਟੇਅਰ ਵਾਸ ਲੈ ਇਹਨਾਂ ਕੋਈ ਫਲਾਈਟ ਹੋ ਜੀ ਕੋਈ ਐਮਰਜੈਂਸੀ ਹੁੰਦੀ ਸੀ ਐਮਰਜੈਂਸੀ ਤਾਂ ਉਹ ਚਾਰਟਰਡ ਫਲਾਈਟ ਕਦੇ ਕਦੇ ਹੁੰਦੀ ਸੀ ਬਹੁਤ ਰਾਰ ਤੇ ਜਾਂ ਵਿਨਰ ਮਹਾਰਾਸ਼ਟਰ ਕਿਤੇ ਲੰਬੇ ਸਫ਼ਰ ਤੇ ਜਾਣਾ ਜਿੱਥੇ ਬਾਈ ਰੋਡ ਜਾਓਗੇ ਬਹੁਤ ਅੱਬਾ ਸਮਾਂ ਲੱਗਦਾ ਕਿਤੇ ਫਲੱਡ ਆ ਗਏ ਜਾਂ ਕੁਝ ਹੋਰ ਨੈਸ਼ਨਲ ਕਲਾਮਟੀ ਆ ਗਈ ਬਹੁਤ ਲੋਕ ਮਰ ਗਏ ਜਾਂ ਕੁਛੇ ਵੀ ਦੀ ਗੱਲ ਹੋਰ ਹੈਲੀਕਾਪਟਰ ਲੈ ਕੇ ਚਲੇ ਜਾਂਦੇ ਮੈਂ ਅਜੇ ਹੈਲੀਕਾਪਟਰ ਟ੍ਰੈਵਲ ਕੀਤਾ ਸ਼ਾਲਪਵਾਰ ਨਾਲ ਮਹਾਰਾਸ਼ਟਰ ਦੇ ਮੁੱਖ ਮੰਤਰੀਆਂ ਨਾਲ ਇਲੈਕਸ਼ਨਾਂ ਦੇ ਦੌਰਾਨ ਵੱਡੇ ਲੀਡਰਾਂ ਨਾਲ ਜਿਹੜੇ ਹੈਲੀਕਾਪਟਰ ਲੈ ਕੇ ਕਿਤੇ ਹੋਰ ਦੂਜੀ ਜਗ੍ਹਾ ਜਾਂਦੇ ਸੀ ਉਹ ਵੀ ਦੇਖਿਆ ਪਰ ਮੈਨੂੰ ਇੱਕ ਗੱਲ ਭਗਵੰਤ ਮਾਨ ਦੀ ਅਜੇ ਤੱਕ ਸਮਝ ਨਹੀਂ ਆਈ ਜਦੋਂ ਚੰਡੀਗੜ੍ਹ ਤੋਂ ਅਨੰਦਪੁਰ ਸਾਹਿਬ ਜਾਣਾ ਹੁੰਦਾ ਤਾਂ ਵੀ ਹੈਲੀਕਾਪਟਰ ਉੱਤੇ ਜਾਂਦੇ ਉਹਨਾਂ ਦਾ ਕਾਰਾਂ ਦਾ ਕਾਫਲਾ ਥੱਲੇ ਥੱਲੇ ਚੱਲ ਰਿਹਾ ਹੁੰਦਾ ਬਾਈ ਰੋਡ ਤੇ ਹੈਲੀਕਾਪਟਰ ਉੱਤੇ ਉੱਡ ਰਿਹਾ ਹੁੰਦਾ ਯਾਰ ਕਿੰਨਾ ਕੁ ਦੂਰ ਆ ਅਨੰਦਪੁਰ ਸਾਹਿਬ ਚੰਡੀਗੜ੍ਹ ਤੋਂ ਉਹਨਾਂ ਹੀ ਟਾਈਮ ਤੁਹਾਨੂੰ ਹੈਲੀਕਾਪਟਰ ਚ ਲੱਗ ਜਾਂਦਾ ਪਹਿਲਾਂ ਤੁਸੀਂ ਹੈਲੀਕਾਪਟਰ ਖਰਾ ਹੁੰਦਾ ਉਹਨੂੰ ਤਿਆਰੀ ਕਰਦੇ ਹੋ ਪਰ ਉਹ ਤੇ ਮਿੱਟੀ ਦਾ ਤੇਲ ਭਰਿਆ ਆਏਗੀ ਐਚਨ ਫੀਲ ਭਰਿਆ ਪਾਇਲਟ ਨੂੰ ਬੁਲਾਓ ਸਿਕਿਉਰਿਟੀ ਬੁਲਾਓ ਫਿਰ ਆਪ ਤਿਆਰ ਹੋਵੋ ਘਰੋਂ ਹੈਲੀਪੈਡ ਤੱਕ ਜਾਓ ਫਿਰ ਉਹ ਰਿਟ ਬੈਠੋ ਫਿਰ ਕਿਤੇ ਦੂਰ ਜਗ੍ਹਾ ਤੇ ਹੈਲੀਕਾਪਟਰ ਉਤਰਦਾ ਫਿਰ ਉਸ ਤੋਂ ਕਾਰਾਂ ਤੇ ਬਹਿ ਕੇ ਕਾਫਲਾ ਲੈ ਕੇ ਦੂਜੀ ਜਗ੍ਹਾ ਤੇ ਆਓ ਜਿੱਥੇ ਤੁਹਾਡਾ ਕਾਫਲਾ ਖੜਾ ਹੁੰਦਾ ਨਹੀਂ ਫਿਰ ਪਖਾਟ ਬਾਜੀ ਤੋਂ ਬਚਣਾ ਚਾਹੀਦਾ ਔਰ ਫਿਰ ਜਦੋਂ ਤੁਸੀਂ ਦਿੱਲੀ ਵੀ ਜਾਣਾ ਅੱਦੀ ਗੜੋਂ 25 ਫਲਾਈਟਾਂ ਜਾਂਦੀਆਂ ਘਟ ਜਾਂਦੀਆਂ ਹੋਣਗੀਆਂ ਮੈਂ ਐਗਜ਼ਾਮਪਲ ਦੇ ਰਿਹਾ ਤੇ ਹਿਆਰਪੁਰ ਤੇ ਜਾਓ ਜਿਹੜੀ ਪਹਿਲੀ ਫ라이ਟ ਦਿੱਲੀ ਜਾ ਰਹੀ ਉਹ ਤੇ ਬਹਿ ਜਾਓ ਕਾਰੀ ਸ਼ਰਮਾ ਤੇ ساری ਉਮਰ ਤੁਸੀਂ ਕਦੇ ਅੱਦੀ ਗੜੋਂ ਤੋਂ ਦਿੱਲੀ ਜਦੋਂ ਕਲਾਕਾਰੀ ਕਰਦੇ ਸੀ ਸ਼ੋ ਨਾਉਣ ਜਾਂਦੇ ਸੀ ਕਾਮੇਡੀ ਕਰਨ ਜਾਂਦੇ ਸੀ ਉਦੋਂ ਵੀ ਤਾਂ ਹਿਆਰਪੁਰ ਤੋਂ ਪ੍ਰਾਈਵੇਟ 에ਰਲਾਈਨਾਂ ਜਾਂਦੇ ਹੀ ਸੀ ਨਾ ਕੀ ਫਰਕ ਪੈ ਗਿਆ ਏਅਰਲਾਈਨ ਜਹਾਜ਼ ਦੇ ਅੰਦਰ ਤੁਹਾਨੂੰ ਕੀ ਤੋਂ ਖਤਰਾ ਕਿਤੇ ਕੋਲੇ ਚਾਕੂ ਨਹੀਂ ਹੁੰਦਾ ਕਿਤੇ ਕੋਲੇ ਬੰਦੂਕ ਨਹੀਂ ਹੁੰਦੀ ਕਿਸੇ ਕੋਲੇ ਤਲਵਾਰ ਨਹੀਂ ਹੁੰਦੀ ਕਿਸੇ ਕੋਲੇ ਨੇਜਾ ਨਹੀਂ ਬਰਛਾ ਨਹੀਂ ਭਾਲਾ ਨਹੀਂ ਕੁਝ ਨਹੀਂ ਕੱਦ ਨਹੀਂ ਡਰਦੇ ਤੁਸੀਂ ਇੱਕ ਦੇ ਤੁਸੀਂ ਆਮ ਆਦਮੀ ਪਾਰਟੀ ਵਾਂਗੂ ਰਹਿ ਕੇ ਆਮ ਆਦਮੀ ਵਾਂਗੂ ਰਹਿ ਕੇ ਹਕੂਮਤ ਕੀਤੀ ਹੁੰਦੀ ਤੁਹਾਡੀ ਇੱਜ਼ਤ ਅੱਜ ਮਹਾਰਾਜਾ ਰਣਜੀਤ ਸਿੰਘ ਵਰਗੀ ਹੋਣੀ ਸੀ ਪਰ ਤੁਸੀਂ ਤਾਂ ਹੋਰ ਹੀ ਕੁਝ ਬਣ ਗਏ ਉਸਤਾਦਾਂ ਦੇ ਉਸਤਾਦ ਬਣ ਗਏ ਤੁਸੀਂ ਨੇ ਦਿੱਲੀ ਤੋਂ ਚੰਡੀਗੜ੍ਹ ਚਾਰਟਰਡ ਪੇਨ ਲਿਆਉਣ ਦਾ ਅਗਰ ਘੱਟ ਸੀਟਾਂ ਵਾਲੇ ਜਹਾਜ਼ਾਂ ਤੇ 2 ਲੱਖ ਰੁਪਈਆ ਇੱਕ ਘੰਟੇ ਦਾ ਲੱਗਦਾ ਜਿੰਨੇ ਘੰਟੇ ਲਈ ਤੁਸੀਂ ਜਹਾਜ਼ ਭਾੜੇ ਤੇ ਲਿਆ ਤੇ ਉਹ ਤੋਂ ਥੋੜੀਆਂ ਜਿਹੀਆਂ ਤੇ ਦਾਦਾ ਸੀਟਾਂ ਵਾਲੇ ਜਹਾਜ਼ ਦਾ ਕਰਾਇਆ 4 ਲੱਖ ਰੁਪਈਏ ਇੱਕ ਘੰਟੇ ਦਾ ਤੁਸੀਂ ਜੇ ਤਰ੍ਹਾਂ ਚੰਡੀਗੜ੍ਹੋਂ ਦਿੱਲੀ ਜਾਣਾ ਹੁੰਦਾ ਪਹਿਲਾਂ ਉਹ ਜਹਾਜ਼ ਬੁੱਕ ਕੀਤਾ ਜਾਂਦਾ ਜਿਹੜਾ ਦਿੱਲੀ ਬੁੱਕ ਹੁੰਦਾ ਦਿੱਲੀ ਤੋਂ ਜਿਹੜਾ ਉਹ ਜਹਾਜ਼ ਤੁਰਦਾ ਚੰਡੀਗੜ੍ਹ ਆਉਂਦਾ ਜਿੰਨੇ ਘੰਟੇ ਚੰਡੀਗੜ੍ਹ 'ਚ ਖੜਾ ਹੁੰਦਾ 2.5 ਘੰਟੇ 3 ਘੰਟੇ ਉਹਦੇ 2 ਘੰਟੇ ਸਵਾ ਘੰਟੇ ਜੋ ਵੀ ਲੱਗਦਾ ਹੈ ਦਿੱਲੀ ਤੋਂ ਚੰਡੀਗੜ੍ਹ ਉਹ ਟੈ ਟੇ ਗਿਣ ਲਓ ਫਿਰ ਜਿੰਨਾ ਚਿਰ ਉਹਨੇ ਚੰਡੀਗੜ੍ਹ ਰੋਪੜ ਤੇ ਖੜਾ ਰਹਿਣਾ ਉਹਦੇ ਘੰਟੇ ਗਿਣ ਲਓ ਫੇਰ ਜੇ ਉਹ ਤੁਸੀਂ ਚੰਦੀਗੜ੍ਹ ਤੋਂ ਦਿੱਲੀ ਜਾਣਾ ਉਹ ਘੰਟੇ ਗਿਣ ਲਓ 4 ਲੱਖ ਰੁਪਈਆ ਇੱਕ ਘੰਟੇ ਦਾ ਕਿਰਾਇਆ ਚਾਰਟਰਡ ਪਲੇਨ ਦਾ ਜਿਹੜਾ ਮਾਨ ਸਾਹਿਬ ਅਕਸਰ ਯੂਜ਼ ਕਰਦੇ ਹੁਣਾਂ ਦਾਦਿਆ ਲਾਲੂ ਪਿਛਲੇ ਢਾਈ ਪੌਣੇ 3 ਸਾਲਾਂ 'ਚ ਕਿੰਨੇ ਘੰਟੇ ਚਾਰਟਰਡ ਪਲੇਨ ਹਾਇਰ ਹੋਇਆ ਕਿੰਨੇ ਕਰੋੜ ਰੁਪਈਏ ਇਸ ਹਵਾਈ ਸਫ਼ਰ ਤੇ ਲੱਗੇ ਦੋਸਤੋ ਉਹ ਪੈਸਾ ਸ਼ਤਾਉ ਦੇ ਮਾਸਟਰ ਦੇ ਮੁੰਡੇ ਦਾ ਨਹੀਂ ਹੈ। ਉਹ ਪੈਸਾ ਤੁਹਾਡਾ ਤੇ ਸਾਡਾ। ਪੰਜਾਬ ਦੇ ਖਜ਼ਾਨੇ ਦਾ ਪੈਸਾ। ਇਸ ਸਵਾਲ ਤੇ ਚੁੱਕੜੇ ਬਣਦੇ ਆ। ਪਰ ਇਹ ਸਵਾਲ ਗਲਤ ਹੈ ਮਜੀਠਿਆ ਦਾ ਕਿ 4 ਲੱਖ ਰੁਪਏ 1 ਘੰਟੇ ਦੇ ਕਿਰਾਏ ਤੇ ਤੁਸੀਂ ਦਿਹਾੜ ਭਾਰੇ ਤੇ ਲੈਨੇ ਹੋ ਤੇ ਤੁਸੀਂ ਇੱਥੇ ਸ਼ਰਾਬ ਨਾ ਪੀ ਸਕੋ, दारू ਨਾ ਪੀ ਸਕੋ ਇਹ ਨਹੀਂ ਹੋ ਸਕਦਾ। ਮੈਂ ਚਾਰਟਰਡ ਕੰਪਨੀ ਨੇ ਕਿਹਾ ਕਿ ਸਾਡੇ ਵੱਲੋਂ ਚਾਰਟਰਡ ਪਲੇਨ ਸਾਡੇ ਜਹਾਜ਼ ਤੇ दारू ਪੀਣ ਦੀ ਕੋਈ ਮਨਾਹੀ ਨਹੀਂ ਹੈ ਕਿਉਂਕਿ ਅਸੀਂ दारू ਸਪਲਾਈ ਨਹੀਂ ਕਰਦੇ ਜਦੋਂ ਇਹ ਸਾਰੇ ਮੰਤਰੀ ਮੁੱਖ ਮੰਤਰੀ ਦਿੱਲੀ ਏਅਰਪੋਰਟ ਵਰਪੋਰਟ ਤੇ ਐਂਟਰ ਕਰਦੇ ਅੰਦਰ ਆ ਕੇ ਟਰਮੈਕ ਤੇ ਜਹਾਜ਼ ਤੇ ਬਹਿੰਦੇ ਆ ਇਹਨਾਂ ਦਾ ਸਮਾਨ ਵੀ ਚੈੱਕ ਕੀਤਾ ਜਾਂਦਾ ਤੇ ਜੇ ਉੱਥੇ ਇਹਨਾਂ ਦੀ दारू ਨਹੀਂ ਭੜੀ ਜਾਂਦੀ ਨਹੀਂ ਰੋਕੀ ਜਾਂਦੀ ਉਦਾਰੋਨੀਆ ਬੋਤਲਾਂ ਨਾਲ ਲੈ ਕੇ ਆ ਜਾਂਦੇ ਆ ਅੰਦਰ ਉਹ ਏਅਰਪੋਰਟ ਸਾਰੇ ਸੈਂਟਰਲ ਗਵਰਨਮੈਂਟ ਦੇ ਅੰਡਰ ਆਉਂਦੇ ਆ ਉਹ ਚਾਰਟਰਡ ਫਲਾਈਟ ਕੰਪਨੀ ਦੇ ਅੰਦਰ ਤਾਂ ਆਉਦਾ ਨਹੀਂ ਤੇ ਤੇ ਏਅਰਪੋਰਟ ਦੇ ਅੰਦਰ दारू ਲਿਆਉਣੀ ਅਲਾਉਡ ਆ ਤੇ ਕੋਈ ਹਿੰਦੂਸਤਾਨ ਤੇ ਹੋਇਆ ਕਾਨੂੰਨ ਨਹੀਂ ਹੈ ਜਿਹਦੇ ਵਿੱਚ ਲਿਖਿਆ ਹੋਵੇ ਕਿ ਚਾਰਟਰਡ ਫਲਾਈਟ ਤੁਸੀਂ दारू ਨਹੀਂ ਪੀ ਸਕਦੇ ਲੈ ਕੇ ਆ ਤਾਂ ਇਹ ਵੀ ਨਹੀਂ ਕਿ दारू ਪੀ ਸਕਦੇ ਹੋ ਪਰ ਏ ਵੀ ਨਹੀਂ ਲਿਖਿਆ ਕਿ ਨਹੀਂ ਪੀ ਸਕਦੇ ਤੂੰ ਇਸ ਕਰਕੇ ਦੋਨੇ ਪਾਸੇ ਲੱਗ ਜਾਂਦਾ ਜੇ ਏਅਰਪੋਰਟ ਦੇ ਅੰਦਰ दारू ਲਿਜਾਣੀ ਪ੍ਰਾਈਵੇਟ ਪਲੈਨ ਤੇ ਅਲਾਉਡ ਆ ਤੇ ਪਲੈਨ ਤੇ ਬੈਠ ਕੇ दारू ਪੀਣੀ ਵੀ ਅਲਾਉਡ ਆ ਜਿਵੇਂ ਇੰਟਰਨੈਸ਼ਨਲ ਫਲਾਈਟ ਤੇ ਪੀਣੀ ਅਲਾਉਡ ਆ ਆ ਦੇ ਤੁਸੀ ਕੋਈ ਡੋਮੈਸਟਿਕ ਫਲਾਈਟ ਤੇ ਅਲਾਉਡ ਨਹੀਂ ਆ ਉਹ ਇਸ ਕਰਕੇ ਡੋਮੈਸਟਿਕ ਫਲਾਈਟ ਤੇ ਅਲਾਉਡ ਨਹੀਂ ਆ ਕਿਉਂਕਿ ਇਹ ਇਹ ਪਾਲਿਸੀ ਜਿਹੜੀ ਨਵੀਂ ਬਣੀ ਸੀ ਨਵੇਂ 에ਵੀਏਸ਼ਨ ਕੰਪਨੀਆਂ ਇਸ ਨੂੰ ਅੱਗੇ ਲਿਆਉਣ ਲਈ ਉਹਨਾਂ ਨੇ ਰੋਚਿਆ ਗਿਆ ਸੀ ਕਿ ਡੋਮੈਸਟਿਕ ਫਲਾਈਟ ਤੇ ਜਿਹੜੀਆਂ ਫ੍ਰਿਲਸ ਆ ਦਾਰੂ ਹੋਈ ਖਾਣਾ ਹੋਇਆ ਕੋਲਡ ਡਰਿੰਕ ਹੋਈਆਂ ਇਹੋ ਜਿਹੀਆਂ ਤੀਹਾਂ ਪਹਿਲਾਂ ਬਦਾਮ ਮਿਲਦੇ ਹੁੰਦੇ ਸੀ ਬਿਸਕੁਟ ਮਿਲਦੇ ਹੁੰਦੇ ਸੀ ਚਾਕਲੇਟ ਮਿਲਦੇ ਸੀ ਉਹ ਸਾਰਾ ਕੁਝ ਬੰਦ ਕਰਕੇ ਉਹਨਾਂ ਨੇ ਇਹ ਕਰਤਾ ਕਿ ਤੁਹਾਨੂੰ ਉਹ ਮਿਲੂਗਾ ਜੋ ਕੋਈ ਤੁਸੀਂ ਆਪ ਖਰੀਦ ਸਕਦੇ ਹੋ ਇਲੀਆਂ ਇਕਨੋਮੀ ਟੈਕਟਸ ਹੁੰਦੀਆਂ ਜਾਂ 9 ਅਪ੍ਰੈਲ 에ਅਰਲਾਈਨਸ ਆ ਜਿੰਨੂੰ ਆਪਾਂ ਕਹਿ ਦਿੰਨੇ ਆ ਉਦੋਂ ਡੋਮੈਸਟਿਕ ਫਲਾਈਟਸ ਦਾ ਰੋਕ ਬੰਦ ਕੀਤੀ ਗਈ ਸੀ ਹਰ ਉਹ ਸ਼ੈਡਿਊਲਡ 에ਅਰਲਾਈਨਸ ਹੁੰਦੀਆਂ ਲੇਕਿਨ ਪ੍ਰਾਈਵੇਟ 에ਅਰਲਾਈਨ ਤਾਂ ਤਾਂ ਆਪਣਾ ਕਾਨੂੰਨ ਦੇ ਵੱਡੇ ਵੱਡੇ ਰਾਂਸ਼ਟਰੀ ਸਾਰਦੇ ਆਪਣੇ ਪ੍ਰਾਈਵੇਟ ਪਲੇਨ ਅਮਬਾਨੀਜ਼ ਦੇ ਅਰਾਨੀਜ਼ ਦੇ ਹਾਰਿਆ ਦੇ ਟਾਟਾ ਦੇ ਬੜੇ ਬੜੇ ਛੋਟੇ ਮੋਟੇ ਬੜੇ ਬੰਦੇ ਆ ਤੁਸੀਂ ਹੈਰਾਨ ਹੋਗੇ ਮੁੰਬਈ ਚ ਕਿਹ ਸਟੀਲ ਦੇ ਵਪਾਰੀ ਇਹੋ ਜਿਹੇ ਆ ਜਿਨ੍ਹਾਂ ਨੇ ਆਪਣੇ ਪ੍ਰਾਈਵੇਟ ਹੈਲੀਕਾਪਟਰ ਔਰ ਛੋਟੇ ਜਹਾਜ਼ ਰੱਖੇ ਹੋਏ ਆ ਮੁੰਬਈ ਤੋਂ ਉੱਡਦੇ ਔਰ 100 ਮੀਲ ਦੂਰ ਤਾਰਾ ਪੁਰੋਨਾ ਦਾ ਜਿੱਥੇ ਫੈਕਟਰੀਆਂ ਨੇ ਜਾਣ ਲਈ ਰੋਲ ਜਾਂਦੇ ਆ ਸਵੇਰੇ ਹੈਲੀਕਾਪਟਰ ਤੇ ਬੈ ਕੇ ਜਾਂਦੇ 100 ਮੁੱਖ ਮੰਤਰੀ ਤਾਂ ਬਹੁਤ ਵੱਡਾ ਹੁੰਦਾ ਉਹ ਲੋਕ ਜਿਹੜੇ ਜਾਂਦੇ ਆਪਣੇ ਖਰਚੇ ਤੇ ਜਾਂਦੇ ਹੈ ਪਰ ਸਾਡੇ ਮੁੱਖ ਮੰਤਰੀ ਸਾਹਿਬ ਸਰਕਾਰੀ ਖਰਚੇ ਤੇ ਜਾਂਦੇ ਤੁਸੀਂ ਕਦੇ ਕੰਪੇਅਰ ਕਰਕੇ ਦੇਖ ਲਓ ਹਰਿਆਣਾ ਦਾ ਗਵਾਡੀ ਤੂਬਾ ਉਹਨਾਂ ਦਾ ਮੁੱਖ ਮੰਤਰੀ ਵੀ ਚੰਡੀਗੜ੍ਹ ਮੈਂਦਾ ਉਹਦਾ ਘਰ ਵੀ ਚੰਡੀਗੜ੍ਹ ਹੈ ਹਰਿਆਣਾ ਦੇ ਮੁੱਖ ਮੰਤਰੀ ਦਾ ਬਾਈਏਰ ਦਾ ਖਰਚਾ ਕਿੰਨਾ ਹੈਲੀਕਾਪਟਰਸ ਨਾਲ ਜਾਂਹਾਦਿਆਂ ਦਾ ਹੋਰ ਪੰਜਾਬ ਦੇ ਮੁੱਖ ਮੰਤਰੀ ਦਾ ਕਿੰਨਾ ਨਾਲ ਚੜ੍ਹੇ ਹਿਮਾਚਲ ਪ੍ਰਦੇਸ਼ ਲੱਗਦਾ ਉੱਥੋਂ ਦੇ ਮੁੱਖ ਮੰਤਰੀ ਦਾ ਦੇਖ ਲਓ ਕਿੰਨਾ ਕੁ ਖਰਚਾ ਸਦੋਂ ਤੋਂ ਇਹਨਾਂ ਗੱਲਾਂ ਦਾ ਖਿਆਲ ਮੁੱਖ ਮੰਤਰੀ ਸਾਹਿਬ ਨੂੰ ਰੱਖਣਾ ਚਾਹੀਦਾ ਆਪਣੀ ਤੇ ਦੇ ਖਿਆਲ ਵੀ ਉਹਨਾਂ ਨੂੰ ਰੱਖਣਾ ਚਾਹੀਦਾ ਸਾਡਾ ਕੋਈ ਹੱਕ ਨਹੀਂ ਬਣਦਾ ਭਗਵੰਤ ਸਿੰਘ ਮਾਨ ਨੂੰ ਕਹਿਣਾ ਕਿ ਦਾਰੂ ਪੀਂ ਜਾਂ ਨਾ ਪੀਂ ਕਿਹੜੀ ਪੀਂ ਜਾਂ ਕਿਹੜੀ ਨਾ ਪੀਂ ਦਾਰੂ ਪੀ ਕੇ ਬੈਠ ਉੱਠ ਭਗੜਾ ਪਾ ਕੁਝ ਕਰ ਜਾਂ ਡਿੱਗ ਜਾ ਖੜਾ ਹੋ ਸਾਡਾ ਕੋਈ ਮਤਲਬ ਨਹੀਂ ਹੈ ਪਰ ਇੱਕ ਮੁੱਖ ਮੰਤਰੀ ਹੋਣ ਦੇ ਨਾਤੇ ਪ੍ਰੋਟੋਕੋਲ ਤਾਂ ਤੁਸੀਂ ਸਾਰਾ ਇੰਜੋਏ ਕਰ ਰਹੇ ਹੋ ਪਰ ਡਿਗਨਿਟੀ ਰਿਸਪੌਂਸਿਬਿਲਟੀ ਵੱਲ ਨਹੀਂ ਜਾ ਰਹੇ ਇੱਕ ਅਹੁਦੇ ਦੀ ਇੱਕ ਡਿਗਨਿਟੀ ਹੁੰਦੀ ਉਹ ਵੀ ਮੇਨਟੇਨ ਕਰਕੇ ਰੱਖਣੀ ਚਾਹੀਦੀ ਮੈਂ ਸਾਡੀ ਇੰਨੀ ਕਿ ਨਸੀਹਤ ਸੀ ਬਾਕੀ ਤੁਸੀਂ ਸਾਰੇ ਸਿਆਣੇ ਸਾਮਝੀ ਗਏ ਹੋਵੋਗੇ ਲੋਕਾਂ ਦੇ ਪੈਸੇ ਨਾਲ ਸਰਕਾਰ ਦੇ ਖਜ਼ਾਨੇ ਨਾਲ ਮੌਜ ਮੇਲਾ ਨਾ ਕਰੋ ਇਹਨੂੰ ਲੋਕਾਂ ਲਈ ਵਰਤੋ ਲੋਕਾਂ ਦਾ ਪੈਸਾ ਲੋਕਾਂ ਦੇ ਖਰਚ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਆਉਣ ਵਾਲੇ ਦਿਨਾਂ ਚੇਤੇ ਤਰ੍ਹਾਂ ਪੰਜਾਬ ਦੇ ਮੁੱਦੇ ਲੈ ਕੇ ਫਿਰ ਹਾਜ਼ਰ ਹੋਵਾਂਗੇ ਉਦੋਂ ਤੱਕ シュクリア・タンバー